ਦੇਖੋ ਜੀ, ਅਸੀਂ ਫਸਟ ਲਾਈਨ ਦੇ ਵਾਰੀਅਰ ਹੈਗੇ ਕਰੋਨਾ ਵਾਰੀਅਰਸ, ਅਤੇ ਅਸੀਂ ਹਮੇਸ਼ਾ ਸਾਨੂੰ ਰਿਸਕ ਬਣਿਆ ਰਹਿੰਦਾ ਵੀ ਅਸੀਂ ਕਦੇ ਵੀ ਇਸ ਦੀ ਚਪੇਟ 'ਚ ਆ ਸਕਦੇ ਹਾਂ। ਕਿਸੇ ਵੀ ਸ਼ੱਕੀ, ਕਿਸੇ ਵੀ ਪੇਸ਼ੈਂਟ, ਕਿਸੇ ਵੀ ਇਹੋ ਜਿਹਾ ਅਫੈਕਟਡ ਬੰਦਾ ਉਹਦੇ ਸੰਪਰਕ ਦੇ ਵਿੱਚ ਆ ਸਕਦੇ ਹਾਂ। ਸਾਨੂੰ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿੰਦੇ ਨੇ, ਅਤੇ ਸਾਡੇ SHO ਸਬ ਇੰਸਪੈਕਟਰ ਹਰਚੰਦ ਹੁਣ ਪੋਜ਼ਿਟਿਵ ਆਏ ਨੇ, ਔਰ ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ, ਉਹ ਉਹਨਾਂ ਦੀ ਤਬੀਅਤ ਠੀਕ ਹੈ ਐਂਡ ਹੀ ਇਜ਼ ਹੈਲਦੀ, ਕੋਈ ਸਿਮਟਮਸ ਵਗੈਰਾ ਨਹੀਂ ਹੈਗੇ। ਔਰ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਮੁਲਾਜ਼ਮ ਸੀਗੇ ਉਹਨਾਂ ਦਾ ਵੀ ਅਸੀਂ ਟੈਸਟ ਕਰਵਾ ਰਹੇ ਹਾਂ, ਤਾਂ ਕਿ ਪਤਾ ਲੱਗੇ ਵੀ ਕੋਈ ਹੋਰ ਤਾਂ ਨਹੀਂ ਉਹਨਾਂ ਦੇ ਨਾਲ ਅਫੈਕਟਡ ਹੈਗਾ। ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਿਹੜਾ ਮੁਕੰਮਲ ਕਰਫਿਊ ਰਹੇਗਾ, ਉਹਦੇ ਵਾਸਤੇ ਕੀ ਖਾਸ ਪ੍ਰਬੰਧ? ਦੇਖੋ, ਉਹਦੇ ਵਾਸਤੇ ਅਜੇ ਹਦਾਇਤਾਂ ਜਿਹੜੀਆਂ ਲਿਖਤੀ ਰੂਪ 'ਚ ਸਾਡੇ ਕੋਲ ਆਉਣੀਆਂ ਅਜੇ ਆਈਆਂ ਨਹੀਂ ਆ। ਜਿਸ ਤਰ੍ਹਾਂ ਦੀਆਂ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਇੰਪਲੀਮੈਂਟ ਕੀਤਾ ਜਾਏਗਾ, ਮੁਨਾਦੀ ਕਰਵਾਈ ਜਾਏਗੀ, ਲੋਕਾਂ ਨੂੰ ਅਵੇਅਰ ਕੀਤਾ ਜਾਏਗਾ। ਅਤੇ ਮੈਂ ਮੀਡੀਆ ਦੇ ਅੱਗੇ ਰਿਕੁਐਸਟ ਕਰਦਾ ਵੀ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰੋ ਲੋਕਾਂ ਦੀ, ਤਾਂ ਕਿ ਲੋਕ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਹੀ ਆਪਣੀ ਜੀਵਨ ਬਸਰ ਕਰਨ।